ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਵਿਚ ਕਾਂਗਰਸ ਦੇ 100 ਦਿਨ ਪੂਰੇ ਹੋਣ ਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ 100 ਦਿਨ ਅਤੇ ਭਾਜਪਾ ਦੇ 1000 ਦਿਨ ਵੀ ਜੇਕਰ ਮਿਲਾ ਲਏ ਜਾਣ ਤਾਂ ਵੀ ਜਿੰਨੇ ਕੰਮ ਪੰਜਾਬ ਸਰਕਾਰ ਨੇ ਕੀਤੇ ਨੇ ਉਹ ਕੇਂਦਰ ਸਰਕਾਰ ਨੇ ਕਦੇ ਵੀ ਨਹੀਂ ਕੀਤੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਤੇ ਵੱਧ ਚੁੱਕਿਆ। ਦੂਜੇ ਪਾਸੇ ਉਨ੍ਹਾਂ ਨੇ ਰਾਜਪਾਲ ਨੂੰ ਮਿਲਣ ਗਏ ਅਕਾਲੀ ਦਲ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਅੱਜ ਮੈਂ ਸੌਰੀ, ਮੈਂ ਗੁਸਤਾਖੀ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ, ਮੈਂ ਹੇਠਾਂ ਬੈਠਣ ਦੀ ਗੱਲ ਕੀਤੀ ਹੈ, ਬਿਕੋਜ਼ ਮੈਂ ਸਾਰਿਆਂ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰਨਾ ਚਾਹੁੰਦਾ, ਕਿਉਂਕਿ ਸਾਡੇ ਕੋਲ ਕੋਈ ਕਿਸੇ ਅੱਖਾਂ ਨੀਵੀਂ ਕਰਨ ਦਾ ਕੋਈ ਕਾਰਨ ਨਹੀਂ। ਕਾਂਗਰਸ ਪਾਰਟੀ ਨੇ 100 ਦਿਨਾਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਨੇ ਉਹ ਕੰਮ ਕਰਕੇ ਦਿਖਾਏ ਹੈ ਵਿੱਚ ਅਦਰ ਗਵਰਨਮੈਂਟਸ ਹੈਵ ਨੋਟ ਬੀਨ ਏਬਲ ਟੂ ਡੂ ਇਨ 1000 ਡੇਜ਼। ਸਾਡੇ 100 ਦਿਨ, NDA ਦੇ 1000 ਦਿਨ, 1000 ਪਲੱਸ ਸਮਝ ਲਓ 3 ਸਾਲ ਹੋ ਗਏ, ਅਤੇ ਅੱਜ ਉਹਨਾਂ ਦੇ 1000 ਦਿਨ। ਸੋ ਟੁਡੇ ਬਿਕੋਜ਼ ਮੈਂ ਇਸ ਗੱਲ ਨੂੰ ਇਸ ਕਰਕੇ ਕਰ ਰਿਹਾ ਬਿਕੋਜ਼ ਜਦੋਂ ਮੈਂ ਦੇਖਿਆ ਵੀ ਗਵਰਨਰ ਸਾਹਿਬ ਕੋਲ ਸਾਰੇ ਅਪੋਜੀਸ਼ਨ ਵਾਲੇ ਸਾਥੀ, ਧਰਮਸੋਟ ਜੀ ਤੁਸੀਂ ਵੀ ਉਸ ਦਿਨ ਦੇਖਿਆ ਵੀ ਇਹ ਸਾਰੇ ਗਏ ਇਕੱਠੇ ਹੋ ਕੇ ਸੁਖਬੀਰ ਬਾਦਲ ਹੋਰੀ ਜਾਣ ਨੂੰ, ਅਲੋਂਗ ਵਿਦ ਦੈਟ ਦੇ ਵਾਸ BJP ਵਾਲੇ ਸਾਡੇ ਸਾਥੀ ਸਾਂਪਲਾ ਸਾਹਿਬ ਵੀ, ਪ੍ਰਧਾਨ ਜੀ ਵੀ ਨਾਲ ਸੀਗੇ। ਅਤੇ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਵੀ ਛੱਜ ਤਾਂ ਬੋਲੇ ਸੋ ਬੋਲੇ, ਛਾਲਨੀ ਵੀ ਬੋਲੇ, ਐਟਲੀਸਟ ਦੇ ਸ਼ੁੱਡ ਐਟਲੀਸਟ ਚੈੱਕ ਵਟ ਸੋਰਟ ਆਫ ਕਮਿਟਮੈਂਟਸ ਜਿਹੜੀ ਉਹਨਾਂ ਨੇ ਕੀਤੀਆਂ ਸੀਗੀਆਂ ਪੰਜਾਬ ਦੇ ਅਤੇ ਹਿੰਦੁਸਤਾਨ ਦੇ ਲੋਕਾਂ ਦੇ ਨਾਲ, ਉਹ ਅੱਜ ਕਿੱਧਰ ਗਏ। ਕੈਪਟਨ ਸਾਹਿਬ ਨੇ 100 ਦਿਨਾਂ ਦੇ ਵਿੱਚ ਅਗਰ ਕੋਈ ਮੈਨੂੰ ਪੁੱਛੇ ਵੀ ਸਭ ਤੋਂ ਵੱਡਾ ਕੰਮ ਜਿਹੜਾ ਕੀ ਕੀਤਾ ਹੈ, ਉਹਨਾਂ ਨੇ ਲੋਕਤੰਤਰ ਦੇ ਅੰਦਰ ਲੋਕਾਂ ਦਾ ਵਿਸ਼ਵਾਸ ਵਾਪਸ ਕਾਇਮ ਕਰਤਾ। ਜਿਹੜਾ ਦੇਰ ਇਜ਼ ਅ ਇਨਵਿਜ਼ੀਬਲ ਬੌਂਡ ਆਫ ਟਰੱਸਟ ਚੁਣੇ ਹੋਏ ਨੁਮਾਇੰਦਿਆਂ ਅਤੇ ਚੋਣਕਾਰਾਂ ਦੇ ਵਿੱਚ ਇੱਕ ਟਰੱਸਟ ਜਿਹੜਾ ਸੀਗਾ, ਇਹ ਪਿਛਲੇ ਸਮੇਂ ਦੇ ਅੰਦਰ, ਖਾਸ ਤੌਰ 'ਤੇ ਪਿਛਲੇ 10 ਸਾਲਾਂ ਦੇ ਅੰਦਰ, ਉਹ ਵਿਸ਼ਵਾਸ ਟੁੱਟ ਗਿਆ ਸੀਗਾ ਲੋਕਾਂ ਦੇ ਲੋਕਤੰਤਰ ਦੇ ਅੰਦਰ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਅੰਦਰ, ਕਿਉਂਕਿ ਉਹਨਾਂ ਨੇ ਦੇਖਿਆ ਵੀ ਜੋ ਕੁਛ ਬੇਸਿਕਲੀ ਲੀਡਰ ਲੋਕ ਆਉਂਦੇ ਆ ਇਲੈਕਸ਼ਨ ਦੇ ਦੌਰਾਨ ਵਾਅਦੇ ਕਰਕੇ ਤੁਰ ਜਾਂਦੇ ਹੈ, ਮੁੜ ਕੇ ਪੂਰੇ ਹੁੰਦੇ ਨਹੀਂ ਹੁੰਦੇ, ਅਤੇ ਆਖਰੀ ਚੰਦ ਦਿਨਾਂ 'ਚ ਆ ਕੇ ਅਤੇ ਲੋਕਾਂ ਦੇ ਅੱਖਾਂ ਦੇ ਅੰਦਰ ਘੱਟਾ ਪਾਉਣ ਵਾਲਾ ਕੰਮ ਕਰਕੇ ਲੀਡਰ ਚਲੇ ਜਾਂਦੇ। ਸੋ ਆਈ ਥਿੰਕ ਕੈਪਟਨ ਅਮਰਿੰਦਰ ਸਿੰਘ ਜੀ ਹੈਜ਼ ਰੀਅਸਟੈਬਲਿਸ਼ਡ ਦੈਟ ਬੌਂਡ ਆਫ ਟਰੱਸਟ ਵੋਟਰ ਦੇ ਵਿੱਚ, ਲੋਕਤੰਤਰ ਦਾ, ਲੋਕਤੰਤਰ ਦੇ ਅੰਦਰ ਅਤੇ ਚੁਣੇ ਨੁਮਾਇੰਦੇ ਅੰਦਰ ਵਿਸ਼ਵਾਸ ਉਹਨਾਂ ਨੇ ਬਹਾਲ ਕੀਤਾ ਹੈ। ਬਿਕੋਜ਼ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਹੀ ਹੈਡ ਦਾ ਲਿਬਰਟੀ, ਉਹਨਾਂ ਕੋਲ ਉਸ ਗੱਲ ਦਾ ਓਪਰਚੁਨਿਟੀ ਸੀਗੀ ਵੀ ਉਹ ਵੀ ਬਾਦਲ ਸਾਹਿਬ ਦੇ ਦਿਖਾਏ ਹੋਏ ਰਸਤੇ 'ਤੇ ਚੱਲ ਕੇ ਵੀ ਆਖਰੀ 6 ਮਹੀਨਿਆਂ ਦੇ ਅੰਦਰ ਜਿਹੜਾ ਕੰਮ ਉਹ 9.5 ਸਾਲ ਨਹੀਂ ਕਰ ਸਕੇ, ਪੈਨਸ਼ਨ ਵਧਾਉਣ ਵਾਲਾ ਜਾਂ ਜੋ ਵੀ ਵਾਅਦੇ ਕੀਤੇ ਸੀ, ਈਵਨ ਕੈਪਟਨ ਅਮਰਿੰਦਰ ਸਿੰਘ ਕੁਡ ਹੈਵ ਆਪਟਿਡ ਫੋਰ ਦਾ ਸੇਮ ਟ੍ਰਿਕ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲਾ ਕੰਮ ਜਿਹੜਾ ਵੀ ਆਖਰੀ ਮੈਂ 2021 ਦੇ ਆਖਿਰ 'ਚ ਆ ਕੇ ਕਰ ਜੂੰਗਾ, ਵੋਟਾਂ ਤਾਂ 2022 'ਚ ਪੈਣੀ ਹੈ। ਬਟ ਸਿੰਸ ਹੀ ਇਜ਼ ਕਮਿਟਿਡ, ਐਂਡ ਨੋਟ ਓਨਲੀ ਦੈਟ, ਵੀ ਉਹਨਾਂ ਨੇ ਆਪਣੇ ਵਾਅਦੇ ਪੂਰੇ ਕੀਤੇ ਹੈ, ਹੀ ਹੈਜ਼ ਗੋਨ ਬਿਯੋਂਡ ਦੈਟ। ਆਹ ਤਾਂ ਵਾਅਦੇ ਤਾਂ ਮੈਨੀਫੈਸਟੋ 'ਚ ਲਿਖੇ ਸੀਗੇ, ਕਈ ਗੱਲਾਂ ਇਹੋ ਜਿਹੀਆਂ ਜਿਹੜੀ ਇਹਦੇ ਵਿੱਚ ਵੀ ਨਹੀਂ ਲਿਖੀਆਂ ਸੀਗੀਆਂ। ਲੋਕਾਂ ਦਾ ਇੱਕ ਵਿਸ਼ਵਾਸ ਸੀਗਾ, ਸਮ ਹਾਓ ਦੇ ਵਾਜ਼ ਐ ਹੋਪ, ਲੋਕਾਂ ਦੀ ਇੱਕ ਉਮੀਦ ਸੀਗੀ ਲੈ ਵੀ ਕੈਪਟਨ ਸਾਹਿਬ ਜਿੱਦਣ ਬਣ ਗਏ ਉਹ ਦਿਨ ਸਾਡੀ ਫਸਲ ਤਾਂ ਚੱਕੀ ਚੱਕੀ ਜਾਊਗੀ। ਉਹ ਹੋਇਆ ਸਾਹਿਬ, ਈਵਨ ਵਿਦ ਇਨ ਡੇਜ਼ ਐਂਡ ਵੀਕਸ ਆਫ ਹੈਵਿੰਗ ਟੇਕਨ ਓਵਰ ਪਾਵਰ, ਆਟੋਮੈਟਿਕਲੀ ਐਵਰੀਥਿੰਗ ਫੈਲ ਇਨ ਪਲੇਸ। ਉਹੀ ਅਫਸਰ ਸੀਗੇ, ਉਹੀ ਐਸਟੈਬਲਿਸ਼ਮੈਂਟ ਸੀਗੀ,
ਪਰ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਕਣਕ ਹੈ ਮੰਡੀਆਂ ਦੇ ਵਿੱਚ ਆਈ ਬਾਅਦ 'ਚ ਚੱਕੀ ਪਹਿਲਾਂ ਗਈ ਅਤੇ ਜਦੋਂ ਘਰੇ ਗਏ ਉਹ ਆਪਦਾ ਪੈਸਾ ਨਾਲ ਲੈ ਕੇ ਮੁੜ ਕੇ ਗਏ। ਆਈ ਥਿੰਕ ਦੈਟ ਹੀ ਹੈਜ਼ ਗੋਨ ਬਿਯੋਂਡ ਦਾ ਪ੍ਰੋਮਿਸਿਸ ਵਿਚ ਵਰ ਮੇਡ ਵੀ ਉਹਨਾਂ ਨੂੰ ਲੋਕਾਂ ਨੂੰ ਆ ਰਾਹਤ ਮਿਲੀ। ਕਰਜ਼ਾ ਮਾਫ਼ ਅਸੀਂ ਕੀਤਾ, ਪੈਨਸ਼ਨ ਅਸੀਂ ਵਧਾਈ, ਅਸੀਂ ਲੇਡੀਜ਼ ਦੇ ਰਿਜ਼ਰਵੇਸ਼ਨ ਦਾ ਕੰਮ ਕੀਤਾ, ਰੇਤੇ ਵਾਲੀ ਈ ਆਕਸ਼ਨਿੰਗ ਲੈ ਕੇ ਆਏ, ਅਸੀਂ ਟਰੱਕ ਯੂਨੀਅਨਸ ਖਤਮ ਕੀਤੀਆਂ। ਦੀਜ਼ ਆਰ ਦਾ ਇਸ਼ੂਜ਼ ਆਈ ਵਿਲ ਕਮ ਟੂ ਲੇਟਰ। ਬਟ ਉਸ ਤੋਂ ਜਿਹੜਾ ਵੱਡਾ ਕੰਮ ਕੀਤਾ ਹੈ ਕੈਪਟਨ ਸਾਹਿਬ ਨੇ, ਮੈਂ ਸਮਝਦਾ ਵੀ ਜਿਹੜੇ ਹੀ ਦੇਖੋ ਅ ਡਿਫਰੈਂਸ ਬਿਟਵੀਨ ਅ ਪੋਲੀਟੀਸ਼ੀਅਨ ਐਂਡ ਅ ਸਟੇਟਸਮੈਨ। ਜਿਹੜਾ ਲੀਡਰ ਹੁੰਦਾ ਅਸਲ ਮਾਇਨਿਆਂ 'ਚ ਲੋਕਾਂ ਦਾ ਨੇਤਾ ਜਿਹਨੂੰ ਕਹਿੰਦੇ, ਸਟੇਟਸਮੈਨ ਜਿਹਨੂੰ ਕਹਿੰਦੇ, ਹੀ ਫੋਰਮਸ ਉਹ ਇਸਟੈਬਲਿਸ਼ ਕਰਦੇ ਇੰਸਟੀਟਿਊਸ਼ਨਸ। ਉਹਨਾਂ ਨੇ ਇੰਸਟੀਟਿਊਸ਼ਨ ਬਿਲਡਿੰਗ ਵਾਲਾ ਕੰਮ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੇ। ਜਿਹੜਾ ਇਟਸ ਨੋਟ ਅ ਮੈਟਰ ਆਫ ਵੀ ਲਾਲ ਬੱਤੀ ਉਤਾਰਤੀ, ਸਾਰੇ ਕਹਿੰਦੇ ਲਾਲ ਬੱਤੀ ਉਤਾਰਤੀ ਅਸੀਂ ਸਟੈਬਲਿਸ਼ ਕਰਤਾ, ਕਹਿੰਦਾ ਜਿਹਦਾ ਵੀ ਆਈ ਪੀ ਕਲਚਰ ਖਤਮ ਕਰਤਾ ਸਭ, ਦੈਟ ਨੋ ਬਡੀ ਹੈਜ਼ ਈਵਨ ਬੋਦਰਡ ਵੀ ਕੈਪਟਨ ਸਾਹਿਬ ਦਾ ਕਾਂਗਰਸ ਪਾਰਟੀ ਦਾ ਸਾਡੇ ਰਾਹੁਲ ਗਾਂਧੀ ਦੀ ਸੋਚ ਕੀ ਹੈ। ਕੈਪਟਨ ਸਾਹਿਬ ਦੀ ਸੋਚ ਜਿਹੜੀ ਹੈ ਜਿਹੜੀ ਪੰਜਾਬ ਦੇ ਵਿੱਚ ਅਸੀਂ ਇੰਪਲੀਮੈਂਟ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ, ਦੈਟ ਇਜ਼ ਅਸੀਂ ਖਾਸ ਬੰਦਿਆਂ ਨੂੰ ਆਮ ਨਹੀਂ ਬਣਾਉਣਾ, ਅਸੀਂ ਆਮ ਬੰਦੇ ਨੂੰ ਖਾਸ ਬਣਨ ਦੀ ਅਹਿਸਾਸ ਹੋਵੇ ਉਹ ਦੈਟ ਇਜ਼ ਦ ਕ੍ਰਾਈਟੀਰੀਆ ਕੈਪਟਨ ਅਮਰਿੰਦਰ ਸਿੰਘ ਇਜ਼ ਫੋਲੋਇੰਗ। ਇਟਸ ਨੋਟ ਅ ਇਸ਼ੂ ਵੀ ਲਾਲ ਬੱਤੀ ਉੱਤਰ ਗਈ, ਲਾਲ ਬੱਤੀ ਉੱਤਰੀ ਨਹੀਂ ਸਾਹਿਬ, ਲਾਲ ਬੱਤੀ ਹਰੇਕ ਆਮ ਆਦਮੀ ਪੰਜਾਬ ਦਾ ਮਹਿਸੂਸ ਕਰੂਗਾ। ਉਸ ਦਿਨ ਕੈਪਟਨ ਸਾਹਿਬ ਸਮਝਣਗੇ ਵੀ ਅੱਜ ਮੈਂ ਵੀ ਆਈ ਪੀ ਕਲਚਰ ਖਤਮ ਕਰਤੀ ਬਾਏ ਮੇਕਿੰਗ ਐਵਰੀਬਡੀ ਹੈ ਮੋਸਟ ਇੰਪੋਰਟੈਂਟ ਪਰਸਨ, ਅਸੀਂ ਐਮ ਆਈ ਪੀ ਬਣਾਉਣਾ ਉਹਨੂੰ ਸਾਰਿਆਂ ਨੂੰ। ਦੇ ਵਿਲ ਫੀਲ ਦ ਮੋਸਟ ਇੰਪੋਰਟੈਂਟ ਪਰਸਨ, ਜਦੋਂ ਸਰਕਾਰੀ ਦਫ਼ਤਰ ਕਿਤੇ ਜਾਣਗੇ ਹੀ ਵਿਲ ਫੀਲ ਯਹਾਂ ਕੇ ਹਮ ਰਾਜਕੁਮਾਰ। ਹਰੇਕ ਆਦਮੀ ਪੰਜਾਬ ਦਾ ਜਿਸ ਦਿਨ ਜਾਊਗਾ ਉਹਦੀ ਹੈਰੈਸਮੈਂਟ ਕਰਪਸ਼ਨ ਉਹਨੂੰ ਧੱਕੇ ਖਾਣੇ ਉਹਦੇ ਬੰਦ ਹੋਣਗੇ, ਉਸ ਦਿਨ ਉਹ ਆਪਣੇ ਆਪ ਨੂੰ ਖਾਸ ਮਹਿਸੂਸ ਕਰੂਗਾ। ਦੈਟ ਇਜ਼ ਦਾ ਪੋਜੀਸ਼ਨ ਦੈਟ ਕੈਪਟਨ ਅਮਰਿੰਦਰ ਸਿੰਘ ਹੈਜ਼ ਟੇਕਨ, ਉਹਦੇ ਵਾਸਤੇ ਜਿਹੜਾ ਕੰਮ ਕਰ ਰਿਹਾ, ਦੈਟਸ ਵਟ ਆਈ ਕਾਲ ਇੰਸਟੀਟਿਊਸ਼ਨ ਬਿਲਡਿੰਗ। ਅਸਲ ਮਾਇਨੇ 'ਚ ਡੈਮੋਕ੍ਰੇਸੀ ਉਸ ਦਿਨ ਆਊਗੀ, ਅਸੀਂ ਹਰੇਕ ਗੱਲ 'ਚ ਅਮਰੀਕਾ ਨੂੰ ਕੋਟ ਕਰਦੇ ਹਾਂ, ਯੂਰਪ ਨੂੰ ਕੋਟ ਕਰਦੇ ਹਾਂ, ਉੱਥੇ ਆ ਰਿਹਾ, ਬਟ ਦੈਟ ਇਜ਼ ਦਾ ਬੇਸਿਕ ਡਿਫਰੈਂਸ ਵਿਚ ਨੀਡਸ ਟੂ ਬੀ ਇੰਪਲੀਮੈਂਟਡ। ਕੈਪਟਨ ਅਮਰਿੰਦਰ ਸਿੰਘ ਐਂਡ ਦ ਕਾਂਗਰਸ ਗਵਰਨਮੈਂਟ ਇਜ਼ ਵਰਕਿੰਗ ਟੂਵਰਡਸ ਦੈਟ। ਬਹੁਤ ਸਾਰੇ ਜਿਹੜੇ ਗੱਲਾਂ ਅਜਿਹੀਆਂ ਹੁੰਦੀਆਂ ਰਹੀਆਂ, ਚਾਹੇ ਸੋ ਮੈਨੀ ਇਨਵੈਸਟਮੈਂਟ ਸਮਿਟਸ, ਪੰਜਾਬ ਇਨਵੈਸਟਮੈਂਟ ਸਮਿਟ ਸੁਖਬੀਰ ਜੀ ਨੇ ਬੁਲਾਈਆਂ, ਇੱਥੇ ਇੰਨਾ ਪੈਸਾ ਕਰੋੜਾਂ ਹਰ ਰੁਪਏ ਖਰਚੇ ਗਏ, ਬੇਸਿਕ ਆਈਡੀਆ ਵਾਜ਼ ਟੂ ਬਰਿੰਗ ਇੰਡਸਟਰੀ। ਅਤੇ ਆਈ ਐਮ ਸਰਪ੍ਰਾਈਜ਼ਡ ਇਨ ਦਾ ਲਾਸਟ 2016 ਦੇ ਵਿੱਚ ਜਦੋਂ ਸੈਸ਼ਨ ਸੀਗਾ, ਫਾਈਨਲ ਸੈਸ਼ਨ ਸੀਗਾ, ਉਹਦੇ ਵਿੱਚ ਸਪੀਕ ਆਪਣੇ ਸੀ ਐੱਮ ਸਾਹਿਬ ਦੀ ਉਦੋਂ ਤਕਰੀਰ ਸੀ ਵੀ ਅਸੀਂ ਇੱਕ ਕਮੇਟੀ ਬਣਾਈ ਹੈ, ਉਹ ਆਹ ਇਸਟੈਬਲਿਸ਼ ਕਰ ਰਹੀ ਹੈ ਵੀ ਪੰਜਾਬ 'ਚ ਇੰਡਸਟਰੀ ਕਿਉਂ ਨਹੀਂ ਆ ਰਹੀ ਅਤੇ ਇੱਥੋਂ ਇੰਡਸਟਰੀ ਕਿਉਂ ਜਾ ਰਹੀ ਹੈ। ਮੈਂ ਕਿਹਾ ਜੀ ਤੁਸੀਂ 10 ਸਾਲ ਤੋਂ ਹੀ ਆਹ ਬਣਾਉਂਦੇ ਰਹੇ, ਇਨਵੈਸਟਮੈਂਟ ਸਮਿਟ, ਹੁਣ ਤੁਹਾਨੂੰ ਪਤਾ ਲੱਗਣ ਲੱਗਿਆ ਵੀ ਇੰਡਸਟਰੀ ਕਿਉਂ ਨਹੀਂ ਆ ਰਹੀ। ਮੇਨ ਕਾਰਨ ਕੈਪਟਨ ਸਾਹਿਬ ਨੇ ਪਹਿਲੇ 3 ਮਹੀਨਿਆਂ ਦੇ ਅੰਦਰ ਜਿਸ ਐਕਸਟੋਰਸ਼ਨ ਬਿਜ਼ਨਸ ਆਫ ਐਕਸਟੋਰਸ਼ਨ ਜਿਹੜਾ ਸੀਗਾ ਥਰੂ ਟ੍ਰੇਡ ਯੂਨੀਅਨ ਦਿਸ ਟਰੱਕ ਯੂਨੀਅਨਸ, ਆਈ ਥਿੰਕ ਹੀ ਹੈਜ਼ ਡਿਸਮੈਂਟਲ ਦੈਟ। ਉਹ ਸਭ ਤੋਂ ਵੱਡਾ ਇੱਕ ਕਦਮ ਸੀਗਾ, 5 ਰੁਪਈਏ ਜਿਹੜਾ ਦਿੱਤੀ ਹੈ ਉਹ ਤਾਂ ਦਿੱਤੀ ਹੈ, ਇਟ ਵਾਜ਼ ਅ ਕਮਿਟਮੈਂਟ ਵਿਚ ਵਾਜ਼ ਮੇਡ ਵੀ ਅਸੀਂ ਤੁਹਾਨੂੰ 5 ਰੁਪਈਏ ਯੂਨਿਟਸ ਨੂੰ ਸਾਰਿਆਂ ਨੂੰ ਬਿਜਲੀ ਦੇਵਾਂਗੇ। ਬਟ ਬਿਯੋਂਡ ਦੈਟ ਜਿਹੜਾ ਮੇਨ ਬਿਜ਼ਨਸ ਦੇ ਉੱਤੇ ਉਹਨਾਂ ਦੇ ਦੇਵਰ ਫੀਲਿੰਗ ਸਫੋਕੇਟਿਡ ਇੰਡਸਟਰੀ ਵੀ ਕਈ ਥਾਂ ਜਿਹੜੇ ਇਹਨਾਂ ਦੇ ਜਥੇਦਾਰਾਂ ਨੇ ਟਰੱਕ ਯੂਨੀਅਨਸ ਕਾਬੂ ਕਰ ਰੱਖੀਆਂ ਸੀਗੀ, ਉਹਨਾਂ ਨੂੰ ਹਟਾ ਕੇ ਦਿਸ ਇਜ਼ ਮੱਚ ਬੈਟਰ ਦੈਨ ਐਨੀ ਇਨਵੈਸਟਮੈਂਟ ਸਮਿਟ ਐਵਰ ਕਾਲਡ ਬਾਏ ਸੁਖਬੀਰ ਸਿੰਘ ਬਾਦਲ। ਆਹ ਸੋਚ ਦਾ ਫਰਕ ਹੁੰਦਾ ਸਾਹਿਬ, ਉਹਨਾਂ ਦੀ ਸੋਚ ਹੈ ਛੋਟੇ, ਉਹ ਕਹਿੰਦਾ ਕੂਪ ਮੰਡੂਕ ਜਿਹਨੂੰ ਕਹਿੰਦੇ ਨੇ, ਕੂਏ ਕਾ ਮੈਂਡਕ, ਉਹ ਨਹੀਂ ਸੋਚ ਸਕਦਾ। ਜਿਹਦਾ ਵਿਜ਼ਨ ਵੱਡਾ ਹੋਵੇ ਉਹ ਵੱਡੀ ਗੱਲ ਕਰਦਾ, ਵੀ ਜਿਹੜੀ ਮੇਨ ਬੋਟਲਨੈਕ ਹੈ ਇੰਡਸਟਰੀ ਕਿਉਂ ਨਹੀਂ ਆ ਰਹੀ ਸੀ ਪੰਜਾਬ 'ਚ ਇੱਥੇ, ਦਿਸ ਬਿਕੋਜ਼ ਆਫ ਦਿਸ ਐਕਸਟੋਰਸ਼ਨ ਰੈਕਿਟ
ਜਿਹੜਾ ਟਰੱਕ ਬਰਾਬਰ ਇੱਥੇ ਤੁਸੀਂ ਸਾਡੇ ਵਾਲੇ ਪਾਸੇ ਰਾਜਸਥਾਨ 'ਚ ਜਿਹੜਾ ਸਾਡਾ ਕਿਨੋ ਲੈ ਕੇ ਜਾਂਦਾ 15,000 ਰੁਪਈਏ ਦਾ ਟਰੱਕ ਰਾਜਸਥਾਨ ਗੰਗਾਨਗਰ 'ਚ ਅਵੇਲੇਬਲ ਹੈ ਅਤੇ ਪੰਜਾਬ ਦੇ ਅੰਦਰ ਇੱਥੋਂ ਲੈ ਕੇ ਆਓ, ਉਹ 50,000 ਰੁਪਈਏ ਲੈਂਦੇ ਸੀਗੇ। ਇਟ ਵਾਜ਼ ਅ ਸਿੰਪਲ ਐਕਸਟੋਰਸ਼ਨ ਰੈਕਟ, ਇੰਡਸਟਰੀ ਕੀ, ਕਿਸਾਨ ਵੀ ਮਰ ਰਿਹਾ ਸੀਗਾ। ਹੀ ਹੈਜ਼ ਡਨ ਦੈਟ। ਕਿਸਾਨੀ ਵਾਲਾ ਜਿਹੜਾ ਕੰਮ ਕੀਤਾ, ਕਰਜ਼ੇ ਮਾਫ਼ੀ ਵਾਲਾ, ਮੈਨੂੰ ਸਭ ਤੋਂ ਪਹਿਲਾਂ ਤਾਂ ਥਰੂ ਯੂ ਆਈ ਵੁੱਡ ਅਪੀਲ ਯੂ ਪਲੀਜ਼, ਵੀ ਆਹ ਮੇਰਾ ਮੈਸੇਜ, ਇਟ ਇਜ਼ ਪਰਸਨਲੀ ਡਾਇਰੈਕਟਿਡ ਐਟ ਸੀਨੀਅਰ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ। ਆਈ ਹੈਵ ਆਲਵੇਜ਼ ਹੈਲਡ ਇਟ ਐਂਡ ਆਈ ਹੈਵ ਸੈਡ ਇਟ ਸੋ ਮੈਨੀ ਟਾਈਮਸ ਔਨ ਦ ਫਲੋਰ ਆਫ ਦ ਹਾਊਸ ਆਲਸੋ, ਵੀ ਇਨ ਸਪਾਈਟ ਆਫ ਮਾਈ ਪੋਲੀਟੀਕਲ ਡਿਫਰੈਂਸਿਸ, ਦਿਸ ਇਜ਼ ਅ ਫੈਕਟ ਵਿਚ ਨੋਬਡੀ ਕੈਨ ਡਿਨਾਈ, ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਜ਼ ਦਾ ਓਨਲੀ ਚੀਫ ਮਿਨਿਸਟਰ, ਵਾਜ਼ ਦਾ ਓਨਲੀ ਚੀਫ ਮਿਨਿਸਟਰ ਐਟ ਦੈਟ ਟਾਈਮ ਜਿਨ੍ਹਾਂ ਨੇ ਹੱਥੀਂ ਖੇਤੀ ਕੀਤੀ ਹੈ। ਹੋਰ ਕਿਸੇ ਚੀਫ ਮਿਨਿਸਟਰ ਨੇ ਹੱਥੀਂ ਖੇਤੀ ਨਹੀਂ ਕੀਤੀ। ਦੇ ਮਾਏ ਵੀ ਕਮਿੰਗ ਫਰੋਮ ਰੂਰਲ ਬੈਕਗਰਾਊਂਡ, ਬਟ ਹੱਥੀਂ ਕਿਸੇ ਨੇ ਕਿਸਾਨੀ ਨਹੀਂ ਕੀਤੀ। ਇਸ ਕਰਕੇ ਉਸ ਗੱਲ ਦਾ ਮੈਨੂੰ ਬਹੁਤ ਵੱਡਾ ਦੁੱਖ ਹੈ ਇਸ ਗੱਲ ਦਾ, ਵੀ ਸਿਮਰਜੀਤ ਬੈਂਸ ਵਾਲਿਆਂ ਉਹਨਾਂ ਨੇ ਖੜ੍ਹੇ ਹੋ ਕੇ ਵਧਾਈ ਦੇ ਤੀ ਕੈਪਟਨ ਅਮਰਿੰਦਰ ਸਿੰਘ ਨੂੰ, ਆਮ ਆਦਮੀ ਪਾਰਟੀ ਦੇ ਬਾਕੀਆਂ ਨੇ ਵਧਾਈ ਦੇ ਤੀ ਵੀ ਕੈਪਟਨ ਸਾਹਿਬ ਤੁਸੀਂ ਬੜਾ ਕੰਮ ਕੀਤਾ। ਮੈਨੂੰ ਜਿਹੜੀ ਕਮੀ ਮਹਿਸੂਸ ਹੋ ਰਹੀ ਹੈ, ਆਈ ਥਿੰਕ ਇਟ ਵੁੱਡ ਹੈਵ ਗਿਵਨ ਬਾਦਲ ਸਾਹਿਬ ਹੈ ਮੱਚ ਹਾਇਰ ਪਲੇਟਫਾਰਮ ਪੈਡੈਸਟਲ ਉਹਨਾਂ ਨੂੰ ਰੱਖ, ਜੇ ਕਿਤੇ ਉਹ ਖੜ੍ਹੇ ਹੋ ਕੇ ਕਹਿ ਦਿੰਦੇ ਵੀ ਕੈਪਟਨ ਸਾਹਿਬ ਸ਼ਾਬਾਸ਼ੇ, ਤੁਸੀਂ ਬਹੁਤ ਅੱਛਾ ਕੰਮ ਕੀਤਾ, ਅਸੀਂ 10 ਸਾਲਾਂ 'ਚ ਨਹੀਂ ਕਰ ਸਕੇ, ਅਸੀਂ ਆਪਣੇ ਇੰਨੇ ਸਾਲ, ਮੈਂ ਆਪਣੇ 50 ਸਾਲ ਦੀ ਰਾਜਨੀਤੀ 'ਚ ਨਹੀਂ ਕਰ ਸਕਿਆ, ਅਤੇ ਆਹ ਜਿਹੜਾ ਤੁਸੀਂ ਕੰਮ ਕੀਤਾ, ਚਾਹੇ ਆਪਣਾ ਪੋਲੀਟੀਕਲ ਰੰਗ ਦੇ ਦਿੰਦੇ ਵੀ ਨਹੀਂ ਜੀ ਆਹ ਤਾਂ ਤੁਸੀਂ ਥੋੜ੍ਹਾ ਕੀਤਾ, ਅਤੇ ਉਹ ਤਾਂ ਮੈਂ ਅਪੀਲ ਕਰਦਾ, ਹੀ ਵੁੱਡ ਹੈਵ ਬਿਕਮ ਅ ਸਟੇਟਸਮੈਨ, ਹੈਡ ਹੀ ਸੈਡ ਵੀ ਕੈਪਟਨ ਸਾਹਿਬ ਤੁਸੀਂ ਤਾਂ 9,500 ਕਰੋੜ ਦਾ ਕੀਤਾ, ਆਹ ਹੁਣ ਚੱਲੀਏ ਇਕੱਠੇ ਹੋ ਕੇ ਅਤੇ ਆਪਾਂ ਚੱਲੀਏ ਮੋਦੀ ਸਾਹਿਬ ਨੂੰ ਚਾਹ ਕੇ ਵਲਦੇ ਹਾਂ, ਨਹੀਂ ਤਾਂ ਅਦਰਵਾਈਜ਼ ਅਕਾਲੀ ਦਲ ਆਪਣੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦੂਗਾ, ਅਤੇ ਨਹੀਂ ਤਾਂ ਅਸੀਂ ਆਪਾਂ ਚੱਲ ਕੇ ਪੈਸੇ ਲੈ ਕੇ ਆਉਂਦੇ ਹਾਂ ਪੰਜਾਬ ਵਾਸਤੇ। ਕ੍ਰਿਟੀਸਿਜ਼ਮ ਫੋਰ ਦਾ ਸੇਕ ਆਫ ਕ੍ਰਿਟੀਸਿਜ਼ਮ, ਸੁਖਬੀਰ ਬਾਦਲ ਜੀ ਹੈਜ਼ ਸ਼ੋਨ ਏ ਟੋਟਲ ਲੈਕ ਆਫ ਲੀਡਰਸ਼ਿਪ ਅਬਿਲਿਟੀ ਬਾਏ ਪੁਟਿੰਗ ਔਨ, 2 ਵਾਰੀ ਡਿਪਟੀ ਚੀਫ ਮਿਨਿਸਟਰ ਰਹੇ ਹੋਣ ਅਤੇ ਕਾਲਾ ਚੋਗਾ ਪਾ ਕੇ ਅੰਦਰ ਜਾਣ, ਮੈਂ ਸਮਝਦਾ ਵੀ ਪੂਰੇ ਅਕਾਲੀ ਦਲ ਦੀ ਨੱਕ ਵਢਾ ਤੀ ਉਹਨਾਂ ਨੇ, ਉਹਨਾਂ ਨੂੰ ਜੇ ਕਿਸੇ ਕੁਆੜ ਸਾਹਿਬ ਨੂੰ ਕੋਈ ਪੁੱਛੇ ਜਾ ਕੇ ਵੀ ਕੁਆੜ ਸਾਹਿਬ ਹਾਊ ਡਿਡ ਕੁਆੜ ਸਾਹਿਬ ਫੀਲ ਐਟ ਦੈਟ ਟਾਈਮ, ਬਾਦਲ ਸਾਹਿਬ ਦੇ ਹਾਣ ਦੇ ਉਮਰ ਦੇ ਹੈ ਅਤੇ ਉਹ ਕਾਲਾ ਚੋਗਾ ਪਾ ਕੇ ਜਾਣ, ਸਭ ਨਟੰਕੀ ਕਰਨ ਵਾਲਾ ਬੰਦਾ ਤਾਂ ਕੋਈ ਇਸ ਕਿਸਮ ਦੇ ਕਰਦਾ ਹੈ, ਨੋਟ ਫਰੋਮ ਅ ਸਟੇਟਸਮੈਨ, ਇਸ ਲੈਵਲ ਦੇ ਲੀਡਰ ਤੋਂ ਕੋਈ ਨਹੀਂ ਐਕਸਪੈਕਟ ਕਰਦਾ ਵੀ ਤੁਸੀਂ ਆਪਣਾ ਮੈਸੇਜ ਕਨਵੇ ਕਰਨ ਵਾਸਤੇ ਯੂ ਨੀਡ ਦੀਜ਼ ਕਾਇੰਡ ਆਫ ਪ੍ਰੋਪਸ। ਅਸੀਂ ਸਕੂਲ 'ਚ ਡਰਾਮਾ ਆਰਟਿਸਟ ਜਿਹੜੇ ਹੁੰਦੇ, ਡਰਾਮਾ ਸੁਸਾਇਟੀ ਉਹ ਰੱਖਦੀਆਂ, ਨੋਟ ਹੈ ਮੈਚਿਓਰ ਲੀਡਰਸ਼ਿਪ ਤੋਂ ਆਹ ਉਮੀਦ ਨਹੀਂ ਸੀ। ਇਸੇ ਕਰਕੇ ਬਡੂੰਗਰ ਸਾਹਿਬ ਆਈ ਥਿੰਕ ਇਜ਼ ਟਰਾਈਂਗ ਟੂ ਸੈਂਸ ਅ ਵੈਕਿਊਮ ਬੀਂਗ ਬਿਲਟ ਇਨ ਅ ਪੋਲੀਟੀਕਲ ਅਰੇਨਾ, ਇਟਸ ਅ ਰੋਲ ਰਿਵਰਸਲ। ਜਿਹੜੇ ਲੋਕ ਡੈਮੋਕ੍ਰੇਸੀ ਦੇ ਰਖਵਾਲੇ ਸੀਗੇ ਉਹ ਤਾਂ ਪੰਥ ਦੇ ਰਖਵਾਲੇ ਬਣ ਰਹੇ ਹੈ। ਸੁਖਬੀਰ ਬਾਦਲ ਜੀ ਨੇ ਸਿਵਾਏ ਦਸਤਾਰ ਦੇ ਵਿਧਾਨ ਸਭਾ 'ਚ ਕੋਈ ਗੱਲ ਨਹੀਂ ਕੀਤੀ, ਨਥਿੰਗ। ਅਤੇ ਬਡੂੰਗਰ ਸਾਹਿਬ ਨੇ ਗਵਰਨਰ ਸਾਹਿਬ ਕੋਲ ਜਾ ਕੇ ਇੱਥੇ ਪਟਿਆਲੇ DC ਕੋਲ ਸਿਵਾਏ ਰਾਜਨੀਤੀ ਦੇ ਅਤੇ ਪੰਥ ਦੀ ਕੋਈ ਗੱਲ ਨਹੀਂ ਕੀਤੀ। ਸੋ ਆਈ ਥਿੰਕ ਦੇ ਆਰ ਬੋਥ ਇਨ ਅ ਪ੍ਰੋਸੈਸ ਆਫ ਰੋਲ ਰਿਵਰਸਲ। ਅੱਜ ਬਡੂੰਗਰ ਸਾਹਿਬ ਦੇ ਵੀ ਬਿਆਨ ਲੱਗੇ ਹੈ ਵੀ ਜਾਖੜ ਸਾਹਿਬ ਹੀ ਸ਼ੁੱਡ ਸਟੇ ਵਿਦ ਇਨ ਹਿਜ਼ ਲਿਮਿਟਸ, ਉਹਨਾਂ ਨੂੰ ਆਈ ਬਿਨ ਰਿਮਾਇੰਡਿਡ ਆਫ ਮਾਈ ਐਥੀਕਲ ਡਿਊਟੀਜ਼ ਆਲਸੋ, ਆਈ ਐਪਰੀਸ਼ੀਏਟ, ਬਹੁਤ ਬੜੇ ਸੀਨੀਅਰ ਹੈ, ਬੜੇ ਉੱਚ ਅਹੁਦੇ 'ਤੇ ਬੈਠੇ, ਉਹਨਾਂ ਦਾ ਬੜਾ ਸਤਿਕਾਰ ਕਰਦਾ, ਪਰ ਮੈਂ ਇੱਕ ਬੇਨਤੀ ਕਰਨਾ ਚਾਹੂੰਗਾ ਤੁਹਾਡੇ ਰਾਹੀਂ ਬਡੂੰਗਰ ਸਾਹਿਬ ਨੂੰ। ਬਡੂੰਗਰ ਸਾਹਿਬ, ਜੇ ਮਸਲਾ ਹੁੰਦਾ ਜ਼ਮੀਨ 'ਤੇ ਕਬਜ਼ੇ ਦਾ ਤਾਂ ਸਾਹਿਬ ਆਈ ਵੁੱਡ ਹੈਵ ਡੈਫੀਨੇਟਲੀ ਇੰਟਰਵੀਨ, ਮੈਂ ਹਰੇਕ ਧੱਕੇ ਦੇ ਖਿਲਾਫ ਹਾਂ, ਚਾਹੇ ਉਹ ਕਿਸੇ ਦੇ ਨਾਲ ਹੁੰਦਾ ਹੋਵੇ, ਚਾਹੇ ਉਹ ਗਰੀਬ ਦੀ ਜ਼ਮੀਨ 'ਤੇ ਇਹਨਾਂ ਨੇ ਧੱਕੇ ਕੀਤੇ ਅਕਾਲੀਆਂ ਨੇ, ਜਾਂ ਅੱਜ ਉਹਨਾਂ ਨੂੰ ਕੋਈ ਮਹਿਸੂਸ ਹੋ ਰਿਹਾ, ਪਰ ਬਡੂੰਗਰ ਸਾਹਿਬ
ਸੱਚ ਦੇ ਉੱਤੇ ਪਰਦਾ ਨਾ ਪਾਓ। ਅੱਜ ਜਿਹੜਾ ਕਬਜ਼ਾ ਹੈ ਉਹ ਕਬਜ਼ੇ ਕੁਰਸੀ ਦਾ ਰੌਲਾ ਚੱਲੀ ਜਾਂਦਾ। ਤੁਹਾਡਾ ਜਿਹੜਾ ਕਬਜ਼ਾ ਕੁਰਸੀ 'ਤੇ ਕਰਨਾ ਚਾਹੁੰਦੇ ਹੋ ਅਕਾਲੀ ਦਲ ਵਾਲੀ 'ਤੇ, ਉਹਦੇ ਵਿੱਚ ਸੁਨੀਲ ਜਾਖੜ ਨਹੀਂ ਕਰ ਸਕਦਾ। ਉਹਦੇ ਵਿੱਚ ਤਾਂ ਤੁਹਾਨੂੰ ਯੂ ਹੈਵ ਟੂ ਡਰੋਪ ਦਿਸ, ਜਿਹੜੇ ਤੁਸੀਂ ਆਈ ਥਿੰਕ ਯੂ ਸ਼ੁੱਡ ਨੋਟ ਡਰੈਗ ਰਿਲੀਜਨ ਇਨ ਟੂ ਪੋਲੀਟਿਕਸ। ਮੇਰੀ ਤਾਂ ਇੰਨੀ ਇੱਕ ਬੇਨਤੀ ਹੈ ਵੀ ਸਾਰੇ ਹਰੇਕ ਪੱਖ ਨੂੰ ਵੀ ਰਾਜਨੀਤਿਕ ਰੰਗ ਨਾ ਦਿਓ। ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬੜੀ ਮੁਸ਼ਕਲਾਂ ਨਾਲ ਬਹਾਲ ਕੀਤੀ ਹੈ। ਜੋ ਅਸੈਂਬਲੀ ਦੇ ਵਿੱਚ ਆਪਣੀ ਲੀਡਰਸ਼ਿਪ ਦੀ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਸੁਖਬੀਰ ਬਾਦਲ ਜੀ ਨੇ ਜਾਂ ਉਹਨਾਂ ਦੇ ਬਾਕੀ ਸਾਥੀਆਂ ਨੇ ਮਿਲ ਕੇ ਆਪ ਵਾਲਿਆਂ ਨੇ ਕੀਤਾ ਹੈ, ਦੇ ਹੈਵ ਲੋਸਟ ਟਰੈਕ ਆਫ ਦਾ ਮੇਨ ਇਸ਼ੂ। ਅਗਰ ਉਹ ਗੱਲ ਕਰਦੇ ਕਰਜ਼ੇ ਮਾਫ਼ੀ ਦੀ, ਅਗਰ ਗੱਲ ਕਰਦੇ ਇੱਥੇ 31,000 ਕਰੋੜ ਰੁਪਈਏ ਦੀ ਅਨਾਜ ਘੁਟਾਲੇ ਦੀ, ਉਹਦੇ 'ਤੇ ਕੋਈ ਸਫਾਈ ਦਿੰਦੇ, ਅਗਰ ਉਹ ਗੱਲ ਕਰਦੇ ਪੰਜਾਬ ਦੇ ਨੌਜਵਾਨਾਂ ਵਾਸਤੇ, ਇਟ ਵੁੱਡ ਹੈਵ ਬਿਨ ਮੱਚ ਬੈਟਰ, ਬਟ ਦੇ ਹੈਡ ਨਥਿੰਗ ਟੂ ਸੇ ਇਨ ਦਿਸ ਅਸੈਂਬਲੀ। ਅਤੇ ਸਿਵਾਏ ਕਾਲੇ ਚੋਗੇ ਪਾਉਣ ਦੇ, ਸਿਵਾਏ ਉਸ ਦਸਤਾਰ ਨੂੰ ਇੱਕ ਇਸ਼ੂ ਬਣਾ ਕੇ ਉਹਨਾਂ ਨੇ ਪੰਜਾਬ ਦੇ ਅੰਦਰ ਫਿਰ ਤੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਵਿਚ ਇਜ਼ ਮੋਸਟ ਅਨਫਾਰਚੁਨੇਟ। ਬਟ ਆਈ ਐਮ ਵੈਰੀ ਮੋਰ ਦੈਨ ਸ਼ੋਰ ਅੰਡਰ ਦ ਏਬਲ ਲੀਡਰਸ਼ਿਪ ਆਫ ਕੈਪਟਨ ਅਮਰਿੰਦਰ ਸਿੰਘ, ਜੋ ਕੰਮ ਉਹਨਾਂ ਨੇ 100 ਦਿਨਾਂ 'ਚ ਕਰਕੇ ਦਿਖਾਇਆ, ਵੀ ਵਿਲ ਟੇਕ ਪੰਜਾਬ ਟੂ ਇਟ ਇਜ਼ ਜੋ ਵਟ ਇਜ਼ ਦ ਡੈਸਟਨੀ ਆਫ ਪੰਜਾਬ ਇਜ਼ ਟੂ ਬੀ ਨੰਬਰ 1 ਸਟੇਟ ਇਨ ਪੰਜਾਬ, ਉਹ ਅਸੀਂ ਵਾਪਸ ਕਰਾਂਗੇ। ਅਸੀਂ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ, ਪੰਜਾਬ ਦੇ ਕਿਸਾਨਾਂ ਦਾ ਭਵਿੱਖ ਅਤੇ ਪੰਜਾਬ ਦਾ ਜਿਹੜਾ ਭਵਿੱਖ ਹੈ, ਇਟ ਵਿਲ ਬੀ ਸਿਕਿਓਰ ਇਨ ਦਾ ਹੈਂਡਸ ਆਫ ਕੈਪਟਨ ਅਮਰਿੰਦਰ ਸਿੰਘ ਜੀ। ਸਰ, ਕਿਸਾਨ ਦੀ ਜਿਹੜੀ ਮੈਂ ਕਿਹਾ ਵੀ ਆਮ ਨੂੰ ਖਾਸ ਬਣਾਉਣ ਵਾਲੀ ਗੱਲ ਹੈ, ਲਾਰੇ ਤਾਂ ਸਰਕਾਰ ਨੂੰ ਪਿਛਲੇ 10 ਸਾਲਾਂ 'ਚ ਲਾਰੇ ਲਾਉਣ ਦੀ ਆਦਤ ਪੈ ਗਈ ਸੀ। ਸਿਰਫ ਲਾਰੇ ਉੱਤੇ ਬੈਠੇ ਲਾ ਰਹੇ ਸੀ, ਹੇਠਾਂ ਵੀ ਲਾਰੇ ਲਾ ਰਹੇ ਸੀਗੇ। ਆਲ ਦੀ ਕਤਰਾਉਣ ਸਾਰੇ ਕਤਰਾ, ਉਹਨਾਂ ਦੇ ਬੈਂਕ ਦੇ ਉੱਤੇ ਕੋਈ ਵਜ਼ਨ ਨਹੀਂ ਪੈਣਾ। ਬੈਂਕ ਆਈ ਥਿੰਕ ਬੈਂਕ ਸ਼ੁੱਡ ਬੀ ਹੈਪੀ, ਲੈਟਸ ਪੁੱਟ ਇਟ ਦਿਸ ਵੇ, ਕੀ ਹੁੰਦਾ ਵਟ ਇਜ਼ ਕਾਲਡ NPA, ਨੋਨ ਪਰਫੋਰਮਿੰਗ ਐਸੈਟ, ਉਹਨਾਂ ਨੇ ਡਿਕਲੇਅਰ ਕਰਤਾ ਸੀ। ਉਲਟੀ ਦੇ ਬੈਂਕ ਤਾਂ ਰਾਜ਼ੀ ਹੋਣੇ ਚਾਹੀਦੇ ਹੈ ਵੀ ਪਤਾ ਨਹੀਂ ਇਹਨਾਂ ਕਿਸਾਨਾਂ 'ਚੋਂ ਕਈਆਂ ਨੇ ਸ਼ਾਇਦ ਨਹੀਂ ਦੇਣੇ ਸੀ ਕਿ ਦੇਣੇ ਸੀ। ਹੁਣ ਤਾਂ ਸਰਕਾਰ ਦਾ ਓਨਰ ਬਾਊਂਡ, ਸਰਕਾਰ ਨੇ ਜਦੋਂ ਕਹਿ ਦਾ ਸਾਰਾ ਪਰਜਾ ਸਰਕਾਰ ਦੇਊਗੀ, ਦੇ ਹੈਵ ਨਥਿੰਗ ਟੂ ਫੀਅਰ। ਬੈਂਕਾਂ ਨੂੰ ਇੱਕ ਰੱਤੀ ਪਾਈ ਦਾ ਕੋਈ ਨੁਕਸਾਨ ਨਹੀਂ ਹੋਣਾ, ਸਰਕਾਰ ਦੇਊਗੀ। ਸਰਕਾਰ ਕੈਪਟਨ ਸਾਹਿਬ ਜਾਣ ਅਤੇ ਬੈਂਕ ਜਾਣ, ਅਸੀਂ ਦੇਵਾਂਗੇ ਪੈਸੇ। ਸਰ, ਇਟ ਟੇਕਸ ਟਾਈਮ ਸਾਹਿਬ, ਸਭ ਅਸੀਂ ਕੋਈ ਗੋਂਗਲੂ ਝਾੜਨ ਵਾਲੇ ਕੰਮ ਨਹੀਂ ਕਰਨਾ। ਇਟ ਵਿਲ ਬੀ ਡਨ ਇਨ ਅ ਵੇ ਵੇਅਰ ਬੈਂਕਸ ਇੰਸਟੀਟਿਊਸ਼ਨ ਆਰ ਨੋਟ ਅਫੈਕਟਿਡ। ਬੈਂਕ ਕਿਸਾਨ ਦਾ ਮਸਲਾ ਹੋ ਜਾਏ, ਇਟਸ ਨੋਟ ਅ ਵਨ ਡੇ ਜੋਬ ਸਾਹਿਬ। 18 ਲੱਖ ਖਾਤੇ ਹੈ ਸਾਹਿਬ, 18 ਲੱਖ ਖਾਤੇ ਹੈ ਜਿਨ੍ਹਾਂ 'ਚ ਲੋਕਾਂ ਦੇ ਕਈਆਂ ਦੇ ਡਬਲ ਅਕਾਊਂਟਸ ਵੀ ਹੈ। ਇਸ ਕਰਕੇ ਦੇਖੋ, ਮੋਟੀ ਮੋਟੀ ਫਿਗਰ ਮੈਂ ਤੁਹਾਨੂੰ ਦੱਸ ਦੇਣਾ, ਨੋਬਡੀ ਰਾਈਟਸ ਇਟ, ਨੋਬਡੀ ਰੀਡਸ ਇਟ। ਅਗਰ ਮੈਂ ਇਸੇ ਕਰਾਂ, ਸੁਖਬੀਰ ਜੀ ਮੇਰੇ ਨਾਲ ਬੈਠਣ, 18 ਲੱਖ ਖਾਤਿਆਂ ਦੇ ਅੰਦਰ 66% ਟੂ ਬਿਟਵੀਨ 70% ਜਿਹੜੇ ਹੈਗੇ ਉਹ ਸਮਾਲ ਐਂਡ ਮਾਰਜਨਲ ਫਾਰਮਰਸ ਹੈ। ਉਹਨਾਂ 'ਚੋਂ ਉਹ ਜਿਹੜੇ ਸਮਾਲ ਐਂਡ ਮਾਰਜਨ ਫਾਰਮਰਸ ਹੈ, ਉਹਨਾਂ 'ਚੋਂ 70% ਕਿਸਾਨਾਂ ਨੇ ਕਰਜ਼ਾ ਲੈ ਰੱਖਿਆ। ਸਾਰੇ ਛੋਟੇ ਕਿਸਾਨ ਨੇ ਲੈ ਵੀ ਨਹੀਂ ਰੱਖਿਆ, ਕਿਸੇ ਨੇ ਦਿੱਤਾ ਹੀ ਨਹੀਂ। ਕਰੀਬਨ 13 ਲੱਖ ਕਿਸਾਨ ਹੈ ਜਿਨ੍ਹਾਂ ਨੇ ਲੋਨ ਅਵੇਲ ਕਰ ਰੱਖਿਆ। ਉਹਨਾਂ 13 ਲੱਖ ਦੇ ਵਿੱਚੋਂ 10,25,000 ਕਿਸਾਨਾਂ ਨੂੰ ਇਸ ਦਾ ਫਾਇਦਾ ਡਾਇਰੈਕਟ ਮਿਲਿਆ ਸਰ। ਵਿਲ ਗਿਵ ਯੂ ਆਲ ਦਾ ਡਿਟੇਲਸ। ਅਸੀਂ ਕੋਈ ਇਹਨਾਂ ਵਾਂਗੂ, ਯੋਗੀ ਜੀ ਵਾਂਗੂ ਜਾਂ ਫੜਨਾਵਿਸ ਸਾਹਿਬ ਵਾਂਗੂ ਨਹੀਂ, ਲੋਕਾਂ ਨੂੰ ਘੱਟਾ ਨਹੀਂ ਪਾ ਰਹੇ। ਵੀ ਹੈਵ ਡਨ ਆਰ ਹੋਮਵਰਕ। ਮਿਸਟਰ ਹੱਕ, ਹੂ ਹੈਜ਼ ਬੀਨ ਇਨ ਹੈਡਿੰਗ ਦਿਸ CACP, ਜਿਹੜੀ ਆਪਣਾ MSP ਡਿਕਲੇਅਰ ਕਰਦੀ ਹੈ, ਉਹਦੇ ਕਮੇਟੀ ਦੇ ਚੇਅਰਮੈਨ ਰਹੇ ਹੈ। ਹੀ ਵਾਜ਼ ਵੈਰੀ ਹੈਪੀ ਜਦੋਂ ਉਹਨਾਂ ਨੇ ਕਿਹਾ। ਇਨਫੈਕਟ ਹੀ ਕੰਪਲੀਮੈਂਟਿਡ ਕੈਪਟਨ ਸਾਹਿਬ ਵੀ, ਮੈਂ ਵਾਕਈ ਦਾਤ ਦੇਣਾ ਵੀ ਤੁਸੀਂ ਆਹ ਜਿਹੜਾ ਮੇਰੀ ਕਮੇਟੀ ਨੂੰ ਇੰਨਾ ਮਹੱਤਤਾ ਦਿੱਤੀ ਹੈ ਅਤੇ ਤੁਸੀਂ ਇੰਨੀ ਕੋਖ ਕੀਤੀ ਹੈ ਮਸਲੇ ਦੀ ਅਨਾਊਂਸ ਕਰਨ ਤੋਂ ਪਹਿਲਾਂ। ਆਈ ਥਿੰਕ ਲੈਟਸ ਗੋ ਔਨ ਫੈਕਟਸ, ਨੋਟ ਔਨ ਸੁਖਬੀਰ ਜੀ ਕਾਲੇ ਚੋਗਿਆਂ ਨਾਲ ਨਹੀਂ ਗੱਲ ਹੋਣੀ, ਆਹ ਤਾਂ ਗਲਤ ਆ ਫੈਕਟਸ ਨਾਲ ਹੋਊਗੀ ਸਰ।
ਤੁਸੀਂ ਦੇਖਦੇ ਜਾਓ, ਸੁਖਬੀਰ ਜੀ ਵੀ ਉੱਥੇ ਬੜੇ ਛਾਤੀ ਠੋਕ ਠੋਕ ਕੇ ਕਹਿ ਰਹੇ ਸੀ। ਮੈਂ ਕਿਹਾ ਤੁਸੀਂ ਇੰਨੇ ਕਾਲੇ ਵੀ ਨਾ ਪਾਓ, ਬਾਅਦ 'ਚ ਚੀਕਾਂ ਵੱਜਦੀਆਂ ਫਿਰਨਗੀਆਂ ਵੀ ਸਾਨੂੰ ਪੁਲਿਸ ਧੱਕਾ ਕਰੀ ਜਾਂਦੀ ਹੈ, ਹੁਣੇ ਕਾਲੇ ਚੋਗੇ ਪਾ ਅਜੇ ਕਰੀ ਜਾਂਦੇ ਵੇ ਸਾਨੂੰ ਘੜੀਸੀ ਫਿਰਦੀ ਹੈ ਪੁਲਿਸ। ਅਤੇ ਜਦੋਂ ਕੈਪਟਨ ਜਾਣਗੇ ਜੀ ਪਹਿਲਾਂ ਦੀ ਤਰ੍ਹਾਂ, ਜਿਹਨੇ ਵੀ ਸਭ ਪਹਿਲਾਂ ਵਾਲੀ ਤਰ੍ਹਾਂ ਮੈਂ ਕਹਿੰਦਾ ਨਾ ਪਹਿਲਾਂ ਵਾਲੀ ਤਰ੍ਹਾਂ ਨਹੀਂ, ਸੁਣੋ ਨਾ ਨਾ ਫਰਕ ਹੈ ਸਾਹਿਬ, ਪਹਿਲਾਂ ਵਾਲੀ ਤਰ੍ਹਾਂ ਨਹੀਂ ਜਾਣਾ ਜੀ, ਨਾ 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 ਪਹਿਲਾਂ ਤਾਂ ਪੱਕੇ ਨਹੀਂ ਗਏ, ਪਹਿਲਾਂ ਤਾਂ ਸਰਕਾਰ ਹੀ ਮੁੱਕਰ ਗਈ। ਐਤਕੀ ਜਦੋਂ ਹੱਥ ਪਊਗਾ ਨਾ ਪੱਕਾ ਹੱਥ ਪਊਗਾ, ਫਿਰ ਮੁੜ ਕੇ ਕਾਲੇ ਚੋਗੇ ਦੇ ਸਾਹਿਬ ਲੈਣ ਵਾਲੇ ਕੁੜਤੇ ਪਾਉਣੇ ਪੈਣਗੇ। ਵੀ ਵਿਲ ਨੋਟ ਐਨੀਥਿੰਗ ਇਨ ਹਰੀ। ਜਿਹੜਾ ਜਿਵੇਂ ਇਹਨਾਂ ਵਾਲਾ ਇੰਸਪੈਕਟਰ ਜਿਹੜਾ ਫੜਿਆ ਉਹਦਾ ਕੀ ਸੀਗਾ, ਕਿਲੋ ਕਿਲੋ ਹੀਰੋਇਨ ਫੜ ਲੈਂਦੇ ਸੀ ਅਤੇ ਜਾ ਕੇ ਪਰਚਾ ਉੱਥੇ ਜਾ ਕੇ ਖਾਰਜ ਹੋ ਜਾਂਦਾ ਸੀ। ਐਤਕੀ ਜਦੋਂ ਪਰਚੇ ਹੋਣਗੇ ਨੇ ਸਾਹਿਬ, ਓਏ ਹੋਏ ਫਿਰ ਦੇਖੋ ਹੋਣਗੇ। ਮੈਂ ਕਿਹਾ ਇੰਤਜ਼ਾਰ ਕਰੋ, ਥੋੜੀ ਠੰਡ ਰੱਖੋ, ਐਵਰੀਥਿੰਗ ਵਿਲ ਬੀ ਡਨ। ਪਹਿਲਾਂ ਲੋਕਾਂ ਕੰਨੀ ਜ਼ਿੰਮੇਵਾਰ ਆ, ਕਿਸਾਨ ਆਤਮ ਹੱਤਿਆ ਕਰਨ ਜਾਂਦੇ ਸੀ ਉਹਨਾਂ ਕੰਨੀ। ਮੈਂ ਗੱਲਾਂ ਤਾਂ ਇਹਨਾਂ ਦੀ ਮੈਂ ਕੀ ਕਰਾਂ, ਇਹ ਪੁੱਛ ਮੈਂ ਤਾਂ ਇਸੇ ਕਰਕੇ ਉਹਨੂੰ ਕਹਿ ਰਹੇ ਸੀ ਇਹ ਆਪਣਾ ਜਵਾਬ ਦੇਣ। ਮੋਦੀ ਸਾਹਿਬ, ਮੋਦੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਆ 15 ਲੱਖ ਵਾਲੇ ਕੀਤੇ ਆ, ਕਿਸਾਨਾਂ ਨੂੰ ਆਮਦਨ ਡਬਲ ਵਾਲੀ, ਮੈਂ ਇਹਨਾਂ ਦਾ ਨਾ ਹੀ ਨਹੀਂ ਲੈਣਾ ਚਾਹੁੰਦਾ ਸੀ, ਪਰ ਕਿਉਂਕਿ ਅੱਜ ਮੈਂ ਕਿਹਾ ਪਤਾ ਨਹੀਂ ਉੱਥੇ ਜਾ ਕੇ ਕੋਈ ਗੱਲ ਕਰਾਂਗੇ ਨਾਲ ਲੈ ਕੇ ਆਇਆ, ਇਹ ਤਾਂ ਫੇਰ ਕਰਾਂਗੇ। ਵੀ ਆਰ ਔਨ ਅ ਪੋਜ਼ਿਟਿਵ ਫੁਟਿੰਗ, ਫਰ ਅਸ ਪੰਜਾਬ ਇਜ਼ ਪ੍ਰਾਇਮਰੀ। ਅਸੀਂ ਖੁਦਕਾਂ ਕੱਢਣ ਵਾਸਤੇ, ਅਸੀਂ ਵਿੰਡਿਕਟਿਵ ਵਿੰਡਟਾ ਵਾਸਤੇ ਨਹੀਂ, ਬਟ ਦੇ ਨੋ ਬਡੀ ਵਿਲ ਬੀ ਸਪੇਅਰਡ ਸਾਹਿਬ। ਆਹ ਤੁਸੀਂ ਮੇਰੇ ਤੋਂ ਲਿਖਾ ਲਓ ਜੀ ਸਰ। ਇਲੈਕਸ਼ਨ ਤੋਂ ਪਹਿਲਾਂ ਸਰ ਤੁਹਾਡੀ ਪਾਰਟੀ ਲਗਾਤਾਰ ਪ੍ਰਚਾਰ ਕਰਦੀ ਰਹੀ ਕਿ ਪੰਜਾਬ ਦੇ ਵਿੱਚ ਕੇਬਲ ਮਾਫੀਆ, ਪੰਜਾਬ ਦੇ ਵਿੱਚ ਅਲੱਗ ਅਲੱਗ ਮਾਫੀਏ। ਹੁਣ ਸਰ ਸਰਕਾਰ ਬਣੀ ਨੂੰ ਅੱਜ 100 ਦਿਨ ਹੋ ਗਿਆ, ਪਰ ਅਜੇ ਤੱਕ ਨਾ ਤਾਂ ਕਿਸੇ ਕੇਬਲ ਮਾਫੀਆ ਤੇ ਨਾ ਹੀ ਦੂਸਰੇ ਮਾਫੀਆ ਤੇ ਤੁਹਾਡੀ ਉਹ ਜਿਹੜੀ ਇੱਕ ਝਲਕਾਰਾ ਪੈਣਾ ਚਾਹੀਦਾ ਨਹੀਂ ਸਰਕਾਰ ਦਾ ਵੀ ਬਣਨ ਸਾਰ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਕੰਮ ਕੀਤਾ, ਅਜੇ ਤੱਕ ਉਹ 'ਚ ਵਿਸ਼ਵਾਸ ਜਿਹਾ ਨਹੀਂ ਬਣ ਰਿਹਾ ਸਰ। ਮੈਂ ਫਿਰ ਅਗਰ ਆਪਾਂ ਨਾ ਗੱਲਾਂ ਕਰੇ ਦੇਖਣੇ, ਪਾਰਟ ਆਫ ਦਾ ਮਾਫੀਆ ਇਜ਼ ਟਰੱਕ ਮਾਫੀਆ ਵਿੱਚ ਇਜ਼ ਗੋਨ ਸਾਹਿਬ, ਪਾਰਟ ਆਫ ਦਾ ਮਾਫੀਆ ਇਜ਼ ਰੇਤਾ ਮਾਫੀਆ। ਅੱਜ ਜਿਹੜੀ ਲੋਕ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਹੈ ਵੀ ਕਿਸੇ ਇੱਕ ਮੁੱਖ ਕਾਂਗਰਸੀ ਦੇ ਕੰਮ ਕਰਨ ਵਾਲੇ ਉਹਦੇ ਬਹਾਦਰ ਨੇ 29 ਕਰੋੜ ਰੁਪਈਏ ਦੀ ਖਾਨ ਲੈ ਲਈ, ਉਹਨਾਂ ਨੂੰ ਤਾਂ ਮੈਂ ਉਹਨਾਂ ਨੂੰ ਨਾਲ ਲੋਕਾਂ ਨੂੰ ਆਹ ਪੁੱਛਣਾ ਚਾਹੀਦਾ ਹੈ ਵੀ ਚਲੋ ਕਿਸੇ ਬਹਾਦਰ ਨੇ 29 ਲੱਖ ਦੀ ਖਾਨ ਲੈ ਲਈ, ਸੁਖਬੀਰ ਜੀ ਇਸ ਤੋਂ ਪਹਿਲਾਂ ਜਿਹੜਾ ਕੋਈ ਰੋਜ਼ੀ ਲਈ ਬੈਠਾ ਸੀਗਾ ਉਹ 29 ਲੱਖ 'ਚ ਕਿਵੇਂ ਲੈ ਗਿਆ? ਉਹ ਨਹੀਂ ਨਹੀਂ ਸਾਹਿਬ, ਉਹਨਾਂ ਨੇ 29 ਲੱਖ 'ਚ ਲਹਿਰ ਕੀ ਜਿਹੜੀ ਹੁਣ ਕਾਂਗਰਸ ਪਾਰਟੀ 29 ਕਰੋੜ 'ਚ ਦਿੱਤੀ ਹੈ। ਜੇ ਅਸੀਂ ਕਿਸੇ ਨੂੰ ਪਾਲਣਾ ਹੋਣਾ, ਆਪਣੇ ਕਿਸੇ MLA ਨੂੰ ਜਾਂ ਕਿਸੇ ਜਥੇਦਾਰ ਨੂੰ ਟੁਕੜਾ ਪਾਉਣਾ ਹੁੰਦਾ ਤਾਂ ਅਸੀਂ ਉਹਨਾਂ ਵਾਲੀ ਪਾਲਿਸੀ ਫੋਲੋ ਕਰਕੇ 29 ਲੱਖ 'ਚ ਦੇ ਦਿੰਦੇ, ਰੌਲਾ ਹੀ ਨਾ ਪੈਣਾ, ਕਿਸੇ ਨੂੰ ਸੰਭਾਲਣਾ ਹੀ ਨਹੀਂ ਸੀ ਵੀ 29 ਲੱਖ ਕਿੱਥੋਂ ਲੈ ਕੇ ਆਇਆ। ਜੋ ਕੰਮ ਕੈਪਟਨ ਸਾਹਿਬ ਨੇ ਕੀਤਾ, ਆਈ ਥਿੰਕ ਇਟ ਇਜ਼ ਦਿਸ ਇਜ਼ ਵਟ ਇੰਸਟੀਟਿਊਸ਼ਨ ਬਿਲਡਿੰਗ ਇਜ਼ ਆਲ ਅਬਾਊਟ ਸਾਹਿਬ। ਉਹਨਾਂ ਨੇ ਇੱਕ ਸਿਸਟਮ ਬਣਾ ਤਾ, ਉਹਦੇ ਵਿੱਚ ਚਾਹੇ ਸੁਨੀਲ ਜਾਵੇ ਚਾਹੇ ਬਹਾਦਰ ਜਾਵੇ, ਦੇ ਵਿਲ ਹੈਵ ਟੂ ਬਿਡ ਫਾਰ ਇਟ। ਦੇਖੋ ਕੇਬਲ ਅਥਾਰਟੀ ਐਕਟ ਸਟੇਟ ਗਵਰਨਮੈਂਟ ਨਹੀਂ ਲੈ ਕੇ ਆ ਸਕਦੀ, ਪਰ ਜੋ ਧੱਕੇ ਹੋਏ ਹੈ, ਦੇਖੋ ਨਵਜੋਤ ਸਿੱਧੂ ਜੀ ਨੇ ਬਿਲਕੁਲ ਕਲੀਅਰ ਕਰਤੇ, ਕੇਬਲ ਅਥਾਰਟੀ ਐਕਟ ਸੈਂਟਰਲ ਗਵਰਨਮੈਂਟ ਦੀ ਪ੍ਰੋਵੀਜ਼ਨ ਹੈ, ਵੀ ਕੈਨ ਨਾਟ ਕੰਟਰੋਲ ਦਿਸ ਟਰਾਂਸਮਿਸ਼ਨ ਆਫ ਦਿਸ ਇਲੈਕਟ੍ਰੋਨਿਕ ਮੀਡੀਆ। ਨਾ 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 ਨਾ, ਸੁਣੋ ਤਾਂ ਸਹੀ ਸਾਹਿਬ, ਤੁਸੀਂ ਕਾਲੇ, ਮੈਂ ਉਹ ਕਹੀ ਨਾ, ਤੁਸੀਂ ਤਾਂ 10 ਸਾਲ ਤਾਈਂ ਉਹਨਾਂ ਨੂੰ ਪੁੱਛਿਆ ਨਹੀਂ, ਸਾਡੇ 3 ਮਹੀਨਿਆਂ ਨੂੰ ਸਾਰੇ ਕਰਾ ਲਓਗੇ ਜੀ। ਇੱਕ ਇੱਕ ਸਾਡੇ ਵਾਲੀ ਜਿਹੜੀ ਹੈ ਨਾ ਚੱਕੀ, ਜਿਹੜੀ ਹੈ ਕੈਪਟਨ ਸਾਹਿਬ ਵਾਲੀ ਚੱਕੀ ਹੈ, ਪੀਸ ਦੀ ਬੜੀ ਹੌਲੇ ਹੈ ਪਰ ਬਹੁਤ ਠੰਡਾ ਆਟਾ ਪੀਸਦੀ ਹੈ। ਤੁਸੀਂ ਦੇਖਿਓ ਬੜਾ ਮੰਦੇ ਪੂਰੀ ਸਾਹਿਬ, ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਕੀ ਕਿਹਾ। ਨਵਜੋਤ ਸਿੱਧੂ ਨੇ ਐਕਟ ਤਾਂ ਰਹਿ ਗਿਆ, ਐਕਟ ਤਾਂ ਚਲੋ ਮੋਦੀ ਸਾਹਿਬ ਉਹਨਾਂ ਨੂੰ ਕੋ ਵੀ ਕਰਨਾ ਚਾਹੁੰਦੇ ਹੈ ਕਿਉਂਕਿ ਉਹਨਾਂ ਤੇ ਬਾਦਲ ਸਾਹਿਬ ਦਾ ਮਿਹਰਬਾਨੀ ਹੈ ਵੀ ਇਹਨਾਂ ਤੇ ਚਲੋ ਇਹਨਾਂ ਨੂੰ ਨਹੀਂ ਛੇੜਨਾ, ਪਰ ਤਾਰ ਤਾਂ ਖੰਭੇ ਤੇ ਸਾਡੇ ਤੇ ਪਈ ਹੈ।
ਮਿਊਨਿਸਪੈਲਿਟੀ ਦਾ ਸਾਡੇ ਵਾਲੀ ਵੀ ਪਰਮਿਸ਼ਨ ਚਾਹੀਦੀ ਸੀ ਜਿਹੜੀ ਪੱਟ ਕੇ ਉਹਨਾਂ ਨੇ ਤਾਰਾਂ ਪਾਈਆਂ, ਦਿਸ ਲਾਸਟ ਮਾਈਲ ਕਨੈਕਟੀਵਿਟੀ ਹੈ ਜੋ ਵੀ ਹੈ ਉਹ ਅਸੀਂ ਸਾਰੇ ਹਿਸਾਬ ਲੈ ਕੇ ਦਿਆਂਗੇ ਤੁਹਾਨੂੰ। ਉਹਨਾਂ ਨੇ ਕੱਲ੍ਹ ਗਿਣਾਇਆ ਕਰੀਬਨ 500 ਕਰੋੜ ਰੁਪਈਆ, 660 ਕਰੋੜ ਰੁਪਈਏ ਦਾ ਜਿਹੜਾ ਚੂਨਾ ਲੱਗਿਆ। ਐਵਰੀਥਿੰਗ ਵਿਲ ਬੀ ਰਿਕਵਰਡ, ਦੇ ਵਿਲ ਬੀ ਏ ਟੋਟਲ ਲੈਵਲ ਪਲੇਇੰਗ ਫੀਲਡ। ਕਿਸੇ ਨੇ, ਕਿਸੇ ਪੱਤਰਕਾਰ ਸਾਥੀ ਨੇ ਜਾਂ ਕਿਸੇ ਨੌਜਵਾਨ ਨੇ, ਜਿਹੜਾ ਉਹਨਾਂ ਨੇ ਨਵਜੋਤ ਸਿੱਧੂ ਜੀ ਨੇ ਕਿਹਾ ਸੀ ਵੀ 1 ਲੱਖ ਮੁੰਡਿਆਂ ਨੂੰ ਰੋਜ਼ਗਾਰ ਮਿਲਣਾ ਸੀ ਹਰੇਕ ਸ਼ਹਿਰ 'ਚ ਆਪਦਾ ਕੇਬਲ ਨੈਟਵਰਕ ਪਾਉਣ, ਅਸੀਂ ਸਾਰਾ ਕੁਛ ਕਰਾ ਕੇ ਦਿਆਂਗੇ। ਬਟ ਵੀ ਵਿਲ ਗੋ ਥਰੂ ਅ ਡਿਊ ਪ੍ਰੋਸੈਸ ਆਫ ਲਾਅ। ਇਸ ਕਰਕੇ ਨਹੀਂ ਵੀ ਆਹ ਬੰਦਾ ਅਕਾਲੀਆਂ ਦੀ ਫੜ ਕੇ ਧੋਣ ਤੋਂ ਚੱਕ ਕੇ ਅੰਦਰ ਤੱਕ ਦਿਓ, ਫਿਰ ਬਾਦਲ ਸਾਹਿਬ ਵਾਲੇ ਅਕਾਲੀ ਪਾਰਟੀ 'ਚ ਅਤੇ ਸਾਡੇ 'ਚ ਕੋਈ ਫਰਕ ਨਹੀਂ ਸਾਹਿਬ। ਕੈਪਟਨ ਸਾਹਿਬ ਵਿਲ ਫੋਲੋ ਡਿਊ ਪ੍ਰੋਸੈਸ ਆਫ ਲਾਅ, ਬਟ ਲਾਅ ਵਿਲ ਟੇਕ ਇਟਸ ਕੋਰਸ ਐਂਡ ਨੋਬਡੀ Nobody will be spared. Simple. Thank you. ਦੇਖੋ ਮੁਲਾਜ਼ਮ ਆਪਣੀ ਡਿਊਟੀ ਕਰ ਰਹੇ ਸਾਹਿਬ, ਉਹਨਾਂ ਨੂੰ ਜਾ ਕੇ ਦੇਖੋ। ਇੱਕ ਸੈਕਿੰਡ ਸਾਹਿਬ, ਮੈਂ ਸੋਰੀ ਆ, ਇੱਕ ਬੜਾ ਇਹਨਾਂ ਨੇ ਸਵਾਲ ਚੋਂ ਬੜਾ ਬਹੁਤ ਇੰਪੋਰਟੈਂਟ ਗੱਲ ਨਿਕਲੀ ਆਈ। ਮੈਂ ਸਪੀਕਰ ਸਾਹਿਬ ਨੂੰ ਪਰਸੋਂ ਰਿਕੁਐਸਟ ਕੀਤੀ ਸੀਗੀ, ਆਈ ਐਮ ਨੋਟ ਅਵੇਅਰ ਆਫ ਵਟ ਆਰ ਹਿਜ਼ ਲਿਮਿਟੇਸ਼ਨ। ਜਿਹੜੀ ਉੱਥੇ ਦੀ CCTV ਫੁਟੇਜ ਹੈ ਅਸੈਂਬਲੀ ਦੀ, ਅਗਰ ਰੂਲ ਪਰਮਿਟ ਕਰਦੇ ਹੈ ਤੇ ਉਹ ਪਬਲਿਕ ਹੋਣੀ ਚਾਹੀਦੀ ਹੈ। ਉੱਥੇ ਤੁਸੀਂ ਦੇਖੋਗੇ ਸਾਧੂ ਸਿੰਘ ਜੀ ਉੱਥੇ ਸੀਗੇ, ਕਮੋਦ ਸਾਹਿਬ ਉੱਥੇ ਬੈਠੇ ਸੀਗੇ, ਮਦਨ ਲਾਲ ਜੀ ਉੱਥੇ ਸੀਗੇ। ਪਹਿਲਾਂ ਤਾਂ ਇਹਨਾਂ ਨੇ ਜਾ ਕੇ ਇੱਕ ਗੁਰਸਿੱਖ ਬੱਚੀ ਜਿਹੜੀ ਡਿਊਟੀ ਕਰ ਰਹੀ ਸੀ ਉਹਦੇ ਮੁੱਕਾ ਮਾਰਿਆ ਜੀ ਜਾ ਕੇ ਇੱਥੇ ਸਾਹਮਣੇ। ਅਤੇ ਦੂਜਾ ਜਿਹੜਾ ਉੱਥੇ ਜਿਹੜਾ ਨੌਜਵਾਨ ਮੁੰਡਾ ਉੱਥੇ ਵਾਚ ਐਂਡ ਵਾਰਡ ਸਟਾਫ 'ਚ ਕੰਮ ਕਰ ਰਿਹਾ, ਅਮਰ ਕੁਲਤਾਰ ਜਿਹੜਾ ਹੈ, ਹੀ ਇਜ਼ ਅ ਨੈਸ਼ਨਲ ਲੈਵਲ ਬਾਸਕਟਬਾਲ ਪਲੇਅਰ। ਉਹਦੀ ਬਾਂਹ ਤੋੜੀ ਹੈ, ਉਹ ਧੱਕਾ ਮੁੱਕੀ 'ਚ ਪੱਗ ਲੱਥੀ ਨਹੀਂ ਸਭ। ਦੈਟ ਆਈ ਕੈਨ ਸ਼ੋ ਯੂ ਬਿਕੋਜ਼ ਦੇਰ ਇਜ਼ ਅ ਯੂਟਿਊਬ, ਉਹਨਾਂ ਨੇ ਆਪਣੇ ਆਪ ਪਾਈ ਹੈ। ਉਹ ਜਦੋਂ ਧਰਨੇ ਦੇ ਬੈਠੇ ਹੈ, ਪੱਗ ਉਹਨਾਂ ਦੀ ਦਸਤਾਰ ਉਹਨਾਂ ਦੇ ਸਿਰ 'ਤੇ ਸੀਗੀ, ਥੋੜ੍ਹੀ ਜਿਹੀ ਹਿੱਲੀ ਹੋਈ ਜ਼ਰੂਰ ਸੀਗੀ, ਉਹਨਾਂ ਨੇ ਆਪੇ ਆਪ ਉਤਾਰ ਕੇ ਆਪਣੇ ਇੱਥੇ ਰੱਖੀ ਹੈ, ਗੋਦੀ 'ਚ ਲਈ ਹੈ ਅਤੇ ਆਪਣੇ ਵਾਲ ਖਿਲਾਰੇ ਹੈ। ਉਹ ਵੀ ਸਾਰਾ ਯੂਟਿਊਬ 'ਤੇ ਹੈ, ਪਰ ਇਹ ਸਾਰੀਆਂ ਗੱਲਾਂ ਅਫੀਸ਼ਲੀ ਅਗਰ CCTV ਆ ਜੇ, ਆਈ ਥਿੰਕ ਲੈਟ ਪੀਪਲ ਡਿਸਾਈਡ। ਇੱਕ ਗੱਲ ਮੈਂ ਕਹਿਣਾ, ਫਾਈਨਲ ਇੱਕ ਚੀਜ਼ ਜਿਹੜੀ CCTV ਦੇ ਵਿੱਚ ਆਊਗੀ, ਜਿਹੜੀ ਆ ਸਾਰੇ ਸਾਥੀਆਂ ਨੇ ਦੇਖੀ ਹੈ, ਸੁਖਬੀਰ ਬਾਦਲ ਜੀ ਜਿਹੜੇ 10 ਸਾਲ ਡਿਪਟੀ ਚੀਫ ਮਿਨਿਸਟਰ ਰਹੇ ਹੈ, ਉਹਨਾਂ ਨੇ 3 ਵਾਰੀ ਫਲੋਰ ਕਰੋਸ ਕੀਤਾ, ਫਲੋਰ ਆਫ ਦਾ ਹਾਊਸ, ਵਿਚ ਇਜ਼ ਅਗਰ ਲਾਅ ਤੁਸੀਂ ਮਾੜਾ ਇੰਟਰਨੈਟ ਖੋਲ੍ਹ ਕੇ ਦੇਖ ਲਓ, ਇਫ ਯੂ ਕਰੋਸ ਦਾ ਫਲੋਰ ਆਫ ਦਾ ਹਾਊਸ ਵੈਨ ਦਾ ਸੈਸ਼ਨ ਇਜ਼ ਗੋਇੰਗ ਔਨ, ਯੂ ਆਰ ਡਿਸਕੁਆਲੀਫਾਈਡ ਫਰੋਮ ਬੀਇੰਗ ਐਨ MLA ਆਲ ਟੁਗੈਦਰ। ਸੁਖਬੀਰ ਜੀ ਤਾਂ 3 ਵਾਰੀ ਫੇਲ ਹੋਣ, ਜੇ ਅਸੀਂ ਇਹਨਾਂ ਕੰਮਾਂ 'ਤੇ ਆ ਜਾਈਏ ਜਿਵੇਂ ਇਹਨਾਂ ਨੇ ਕੈਪਟਨ ਸਾਹਿਬ ਨੂੰ ਡਿਸਕੁਆਲੀਫਾਈ ਕੀਤਾ ਸੀ, ਤਾਂ ਸੁਖਬੀਰ ਜੀ ਹੈਜ਼ ਨੋ ਅਪੀਲ ਐਟ ਆਲ। ਯੂ ਕੈਨ ਨੋਟ ਕਰੋਸ ਦਾ ਫਲੋਰ ਆਫ ਦਾ ਹਾਊਸ, ਸਿੰਪਲ। ਅਸੀਂ ਦੇਖੋ ਰੂਲ ਤਾਂ ਬਣਦੇ ਸਭ, ਪਰ ਅਸੀਂ ਇਹਨਾਂ ਨੂੰ ਤਰਕ ਦੇ ਨਾਲ ਜਵਾਬ ਨਾਲ ਮਾਰਾਂਗੇ। ਅਸੀਂ ਕਾਲੇ ਚੋਲੇ ਉਹ ਕਹਿੰਦੇ ਨੇ ਜਦੋਂ ਬੌਕਸਿੰਗ ਕਰਦੇ ਹਾਂ, ਯੂ ਕੈਨ ਨੋਕ ਸੰਬਡੀ ਆਫ ਬਸ ਤਗੜਾ ਕੁਸਨ ਠੋਕ ਕੇ ਕਹਿੰਦਾ ਨੋਕਆਊਟ KO ਹੋ ਗਿਆ ਜੀ। ਦੂਜਾ ਕਹਿੰਦਾ ਟੈਕਨੀਕਲ ਪੁਆਇੰਟ 'ਤੇ ਆ ਰਿਹਾ ਸੀ, ਟੈਕਨੀਕਲ ਪੁਆਇੰਟ 'ਤੇ ਨਹੀਂ ਜਿੱਤਣੇ, ਅਸੀਂ ਤਾਂ ਨੋਕਆਊਟ ਕਰਾਂਗੇ, ਹੱਥ ਖੜੇ ਕਰਾਵਾਂਗੇ ਵੀ ਛੱਡ ਮੇਰਾ ਖੇੜਾ, ਆਹ ਕਰਾਵਾਂਗੇ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।